ਮੈਨੂੰ ਅੱਜ ਤਾਈ ਤਾਨੂ ਗੁਰੂ ਗੋਬਿੰਦ ਸਿੰਘ ਦੀ ਕਸਮ ਮੈਨੂੰ ਇੱਕ ਬੰਦੇ ਨੇ ਨਹੀਂ ਕਿਹਾ ਵੀ ਸਾਡੇ ਬੰਦਿਆਂ ਨੂੰ ਥੋੜੇ ਬੰਦੇ ਨੇ ਨਸ਼ਾ ਪਿਆਤਾ ਇਹਦੇ ਉਲਟ ਕਹਿੰਦੇ ਆ ਸਾਨੂੰ ਤਾਂ ਤਾਰਤਾ ਪੰਜਾਬੀਆਂ ਨੇ ਧਰਤ ਭੂਮੀ ਨਾਲ ਖਦਾੜੀ ਕੀਤੀ ਇਹ ਕਹਿ ਕੇ ਵੀ ਕਿਸਾਨ ਖਾਲਸਤਾਨੀਆਂ ਹੁਣ ਚੁੱਪ ਕਰ ਜੇ ਨਾ ਹੁਣ ਹੁਣ ਨਹੀਂ ਕਹਿੰਦੇ ਬਲਵੰਤ ਸਿੰਘ ਰਾਮਵਾਲੀਆ ਨੇ ਭਾਜਪਾ ਤੇ ਨਿਸ਼ਾਨਾ ਬਿੰਦ ਦੇ ਹੋਏ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਨੇ ਉਹਨਾਂ ਕਿਹਾ ਕਿ ਭਾਜਪਾ ਦੇ ਕੁਝ ਲੀਡਰਾਂ ਵੱਲੋਂ ਪੰਜਾਬ ਤੇ ਪੰਜਾਬੀਆਂ ਨੂੰ ਇਹ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਬਾਹਰੋਂ ਆਉਣ ਵਾਲੇ ਮਜ਼ਦੂਰਾਂ ਦਾ ਅਸ਼੍ਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਉਹਨਾਂ ਨੂੰ ਨਸ਼ੇ ਦੀ ਲਤ ਲਾ ਕੇ ਕੰਮ ਕਰਵਾਇਆ ਜਾਂਦਾ ਹੈ ਜੋ ਬਿਲਕੁਲ ਹੀ ਗਲਤ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨ ਤੇ ਲੱਗੀ ਹੋਈ ਹੈ ਅੱਜ ਬੀਜੇਪੀ ਦੇ ਕੁਝ ਹਲਕਿਆਂ ਵੱਲੋਂ ਤੇ ਕੁਝ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਦੇਸ਼ ਭਰ 'ਚ ਇੱਕ ਨਰੋਲ ਝੂਠੀ ਹਿਮਾਲਾ ਪਰਬਤ ਤੋਂ ਵੱਡਾ ਝੂਠ ਫੈਲਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਯੂਪੀ ਅਤੇ ਬਿਹਾਰ ਦੇ ਜਿਹੜੇ ਕੰਮ ਕਰਨ ਆਉਣ ਵਾਲੇ ਸਾਡੇ ਉੱਥੇ ਵਰਕਰ ਆਉਂਦੇ ਇੱਥੇ ਉਹਨਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਰੀਰਕ ਨਸ਼ੇ ਖਵਾ ਕੇ ਇਹ ਨਰੋਲ ਝੂਠ ਹੈ ਇਹ ਜਿਵੇਂ ਅਸ਼ਵ ਥਾਮਾ ਮਰ ਗਿਆ ਦਾ ਝੂਠ ਬੋਲਿਆ ਸੀ ਪਾਂਡਵਾ ਨੇ ਮਰਿਆ ਸੀ ਹਾਥੀ ਕਹਤਾ ਜਨਰਲ ਮਰ ਗਿਆ ਦਰਯੋਧਨ ਦਾ ਬੇਟਾ ਦੂਜਾ ਜਿਹੜਾ ਕੋਇਬਲਦ ਨੇ ਝੂਠ ਬੋਲਿਆ ਸੀ ਤੇ ਤੀਜਾ ਜਿਹੜਾ ਸ਼ਕਨੀ ਹੈ ਉਹਦੇ ਨਾਲ ਦਾ ਝੂਠਾ ਮਾਂ ਭਾਰਤ ਚ ਕੋਈ ਨਹੀਂ ਇਹ ਸਭ ਤਿੰਨਾਂ ਨੂੰ ਇੱਕ ਪਾਸੇ ਰੱਖ ਲਈਏ ਕੱਲਾ ਹੀ ਉਹਦਾ ਵੱਡਾ ਝੂਠ ਹੈ ਐਦੂ ਪਹਿਲਾਂ ਗੱਪ ਮਾਰਿਆ ਝੂਠਾ ਇਲਜ਼ਾਮ ਲਾਇਆ ਭਾਰਤ ਭੂਮੀ ਨਾਲ ਗਦਾਰੀ ਕੀਤੀ ਇਹ ਕਹਿ ਕੇ ਵੀ ਕਿਸਾਨ ਖਾਲਸਤਾ ਨਹੀਂ ਆ ਹੁਣ ਚੁੱਪ ਕਰ ਜੇ ਨਾ ਹੁਣ ਹੁਣ ਨਹੀਂ ਕਹਿੰਦੇ ਉਹ ਵੀ ਝੂਠ ਸੀ ਇਹ ਵੀ ਝੂਠ ਹੈ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਹਾਂ ਮੈਂ ਉੱਤਰ ਪ੍ਰਦੇਸ਼ ਦੀ ਵਿਧਾਨ ਪਰਿਸ਼ਦ ਦਾ ਮੈਂਬਰ ਹਾਂ ਅਸੀਂ 403 ਵਿਧਾਨ ਸਭਾ ਦੇ ਮੈਂਬਰ ਹੈ 101 ਵਿਧਾਨ ਪਰਿਸ਼ਦ ਦੇ ਮੈਂਬਰ ਹੈ ਅਸੀਂ 403 ਉਹ ਹੈ 504 ਮੈਂਬਰ ਇਕੱਠੇ ਬੈਠੇ ਆ ਮੈਨੂੰ ਸਭ ਨੂੰ ਪਤਾ ਕਿ ਮੈਂ ਰਾਮੂ ਵਾਲੀਆ ਬਲਵੰਤ ਸਿੰਘ ਪੰਜਾਬ ਦਾ ਪੰਜਾਬੀ ਹੈ ਸਿੱਖ ਹੈ ਤੇ ਨਾਲ ਇਹ ਵੀ ਪਤਾ ਵੀ ਇਹ ਕੇਂਦਰੀ ਇਹ ਕੇਂਦਰ ਜ ਮੰਤਰੀ ਰਿਹਾ ਹੁਣ ਮੰਤਰੀ ਸੀਗਾ ਯੂਪੀ ਚ ਤੇ ਨਾਲੇ ਵਿਧਾਨ ਜਿਹੜਾ ਵਿਧਾਨ ਪ੍ਰੀਸ਼ਦ ਦਾ ਮੈਂਬਰ ਹੈ ਵਿਧਾਇਕ ਹੈ ਤੇ ਮੈਂ ਹਜ਼ਰਤ ਗੰਜ ਵਿੱਚ ਲਖਨਊ ਉੱਥੇ ਰਹਿਣਾ ਜਿਹਨੂੰ ਗੁਲਸਤਾ ਕਲੋਨੀ ਕਹਿੰਦੇ ਆ ਜਿੱਥੇ ਸਾਰੇ ਵਿਧਾਇਕਾਂ ਦਾ ਆਵਾਸ ਹੈ ਮੈਂ ਤਿੰਨ ਚਾਰ ਗੱਲਾਂ ਕਹਿਣੀਆਂ ਚਾਹੁੰਦਾ ਨੰਬਰ 1 ਕੋਈ ਸਰੀਰਕ ਸ਼ੋਸ਼ਣ ਨਹੀਂ ਹੋ ਰਿਹਾ ਨੰਬਰ 2 ਕਿਸਿਆਂ ਨੂੰ ਹਿੰਦੂ ਮੁਸਲਮਾਨ ਸਾਈ ਸਿੱਖ ਜੈਨੀ ਬੋਧੀ ਪਾਰਸੀ ਯੂਪੀ ਵਾਲੇ ਬਿਹਾਰ ਵਾਲੇ ਜਿੰਨੇ ਪੰਜਾਬ ਚ ਰਹਿੰਦੇ ਆ ਉਹ ਸਾਰੇ ਕਹਿੰਦੇ ਆ ਜੀ ਪੰਜਾਬ ਦੇ ਮੁੰਡਿਆਂ ਨੂੰ ਚਿੱਟਾ ਖਾਣ ਤੇ ਨਸ਼ਾ ਖਾਣ ਅਕਾਲੀਆਂ ਤੇ ਬੀਜੇਪੀ ਦੀ ਸਰਕਾਰ ਨੇ ਲਾਇਆ ਤੇ ਬੀਜੇਪੀ ਵਾਲਿਓ ਤੁਸੀਂ ਉਦੋਂ ਅਕਾਲੀਆਂ ਨੂੰ ਕਿਹਾ ਵੀ ਚਿੱਟਾ ਨਾ ਵੰਡੋ ਆਪਾਂ ਅੱਗੇ ਆ ਜੀਏ ਅਗਲੀ ਇਹਦੋਂ ਵੀ ਖਤਰਨਾਕ ਗੱਲ ਇਹ ਹੈ ਕਿ ਤੁਸੀਂ ਇਹ ਇਲਜ਼ਾਮ ਲਾ ਕੇ ਦੇਸ਼ ਵਿੱਚ ਕੜਤਣ ਫਲਾ ਰਹੇ ਹੋ ਸਰਕਾਰ ਤੁਹਾਡੀ ਕਿਰਤਨ ਤੁਸੀਂ ਫਲਾ ਰਹੇ ਆ ਤੇ ਤੁਹਾਡੇ ਕੋਲ ਇਹਦਾ ਸਬੂਤ ਕੋਈ ਨਹੀਂ ਮੈਂ ਬਹੁਤ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਇਹ ਗੱਲ ਗਲਤ ਹੈ ਮੈਂ ਯੂਪੀ ਵਿੱਚ ਵਿਧਾਇਕ ਹਾਂ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਿਣਾ ਹਰ ਮਹੀਨੇ 100 ਤੋਂ 125 30 ਲੋਕ ਯੂਪੀ ਚ ਰਹਿਣ ਵਾਲੇ ਮੇਰੇ ਕੋਲ ਆਉਂਦੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਮਿੱਤਰ ਪਿਆਰੇ ਪੰਜਾਬ ਚ ਕੰਮ ਕਰਦੇ ਆ ਉਹ ਮੇਰੇ ਕੋਲ ਇਹ ਕੰਮ ਤਾਂ ਹੁੰਦੇ ਆ ਵੀ ਆ ਪੰਜਾਬ ਸਾਡੇ ਆਦਮੀ ਨਾਲ ਗੱਲ ਕਰੋ ਜਦੋਂ ਮੈਂ ਗੱਲ ਕਰਦਾ ਉਹ ਵਿਚਾਰੇ ਇੱਥੇ ਅੱਧੀ ਕਹਿੰਦੀ ਬੋਲਦੇ ਮੈਂ ਸਮਝ ਜਾਂਦਾ ਵੀ ਪੰਜਾਬੀ ਹੈ ਉੱਥੇ ਉਹ ਕਹਿੰਦੇ ਜੀ ਸਾਡੇ ਸੀਓ ਯਾਨੀ ਡੀਐਸਪੀ ਤੇ ਥਾਣਾ ਪ੍ਰਭਾਰੀ ਯਾਨੀ ਐਸਐਚਓ ਸਾਡੇ ਕੰਮ ਨਹੀਂ ਕਰਦਾ ਸਾਡੇ ਉੱਥੇ ਕਹਿੰਦੇ ਆ ਲੇਖਪਾਲ ਪਟਵਾਰੀ ਨੂੰ ਲੇਖਪਾਲ ہماری ਜੋ ਖੇਤੀ ਦਾ ਅੰਦਰਾਜ ਹੈ ਉਸਕੋ ਖਲਤ ਕਰ ਰਹਾ ਹੈ ਇਹ ਮੈਨੂੰ ਅੱਜ ਤਾਈਂ ਤਨੂ ਗੁਰੂ ਗੋਬਿੰਦ ਸਿੰਘ ਦੀ ਕਸਮ ਮੈਨੂੰ ਇੱਕ ਬੰਦੇ ਨੇ ਨਹੀਂ ਕਿਹਾ ਵੀ ਸਾਡੇ ਬੰਦਿਆਂ ਨੂੰ ਥੋੜੇ ਬੰਦੇ ਨੇ ਨਸ਼ਾ ਪਿਆਤਾ ਇਹਦੇ ਉਲਟ ਕਹਿੰਦੇ ਆ ਸਾਨੂੰ ਤਾਂ ਤਾਰ ਤਾਂ ਪੰਜਾਬੀਆਂ ਨੇ ਉਹ ਕਿਵੇਂ ਕਹਿੰਦੇ ਜਿਹੜੇ ਦੁਆਬੇ ਦੇ ਲੋਕ ਐ ਜਿਹੜੇ ਦੁਆਬੇ ਦੇ ਲੋਕ ਐ ਉਹ ਦਾ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਰਥਲਾ ਜਲੰਧਰ ਇਹ ਜਿਹੜੇ ਜ਼ਿਲ੍ਹੇ ਐ ਇਹਨਾਂ ਦੇ ਲੋਕ ਇਹ ਸਾਰੇ ਦੇ ਸਾਰੇ ਅਸਸੀ ਫੀ ਸਦੀਪ ਵਿਦੇਸ਼ ਚਲੇ ਗਏ ਸਾਨੂੰ ਤਾਂ ਬਣੇ ਬਣੇ ਘਰ ਦੇਗੇ ਮੱਝਾਂ ਉਹਨਾਂ ਦੀਆਂ ਗਾਇਆਂ ਉਹਨਾਂ ਦੀਆਂ ਖੇਤ ਉਹਨਾਂ ਦੇ ਮਸ਼ੀਨਾ ਉਹਨਾਂ ਦੀਆਂ ਅਸੀਂ ਕੁੱਤਰ ਕੇ ਦੁੱਧ ਦੀਆਂ ਬਾਲਟੀਆਂ ਪੇਰੇ ਸਭ ਤੋਂ ਸ਼ਿਕਾਇਤ ਹੀ ਕੋਈ ਨਹੀਂ ਪੰਜਾਬ 'ਚ ਤੁਸੀਂ ਇਹ ਕੀ ਕਰਦਾ ਬੀਜੇਪੀ ਵਾਲਿਓ ਦੂ ਅਗਲੀ ਗੱਲ ਇਥੇ ਇੱਕ ਪਿੰਡ ਹੈ 베ਗੋਵਾਲ ਉੱਥੇ ਮੈਨੂੰ ਸੱਦਿਆ ਸੀ ਉਦਘਾਟਨ ਕਰਨ ਉੱਥੇ 베ਗੋਵਾਲ ਪਿੰਡ 'ਚ ਹਾਈ ਸਕੂਲ ਨੂੰ 10 ਲੱਖ ਰੁਪਈਆ ਅਜੀਤ ਸਿੰਘ ਚੱਠਾ ਤੇ ਬਲਜੀਤ ਸਿੰਘ ਚੱਠਾ ਜਿਹੜੇ ਟੋਰਾਂਟੋ ਬਹੁਤ ਵੱਡੇ ਇਹਦਾ ਕੰਮ ਕਰਦੇ ਆ ਜ਼ਮੀਨਾਂ ਦੇ ਖਰੀਦਣ ਦਾ ਪ੍ਰਾਪਰਟੀ ਦਾ ਉਹਨਾਂ ਨੇ ਉਹਨਾਂ ਕੋਲੇ 750 60 ਬੰਦੇ ਕੰਮ ਕਰਦੇ ਆ ਉਹਨਾਂ ਨੇ 10 ਲੱਖ ਰੁਪਈਆ ਦਿੱਤਾ ਤੇ 95% ਦੀ ਯੂਪੀ ਦੇ ਬੰਦੇ ਜਿਹੜੇ ਉਹਨਾਂ ਨੂੰ ਇਨਾਮ ਦਿੱਤੇ ਤਾਂ ਪੰਜਾਹਾਂ ਵਿੱਚੋਂ 11 ਯਾਦਵ ਸੀ ਕੋਈ ਸ਼ਿਕਾਇਤ ਨਹੀਂ ਇਸ ਲਈ ਪੰਜਾਬ ਦੀ ਸ਼ਾਂਤੀ ਉਹਨੂੰ ਸ਼ਾਂਤ ਰਹਿਣ ਦਿਓ ਰਬ ਹਾਕਮਾਂ ਤੇ ਬਾਦਸ਼ਾਹਾਂ ਦਾ ਕੰਮ ਅੱਗ ਬੁਝਾਉਣਾ ਹੁੰਦਾ ਬੀਜੇਪੀ ਵਾਲਿਓ ਜਮਾ ਸਵਾ ਬਣੀ ਵੀ ਜਿਹੜੀ ਅੱਗ ਹੈ ਹੀ ਨਹੀਂ ਤੁਸੀਂ ਉਹ ਤੇ ਮਿੱਟੀ ਦਾ ਤੇਲ ਤੇ ਅਕਲ ਦਾ ਜਿਹੜਾ ਪੈਟਰੋਲ ਪਾ ਕੇ ਭਾਂਬੜ ਨਾ ਬਾਲੋ ਕੀ ਲੱਗ ਰਿਹਾ ਹੈ ਬੀਜੇਪੀ ਵਾਲੇ ਤੁਮਰਾ ਕਿਉਂ ਕਰ ਰਹੇ ਇਹ ਦੇਖੋ ਮੇਰਾ ਖਿਆਲ ਹੈ ਉਹਨਾਂ ਨੇ ਇਹ ਮਨ ਬਣਾ ਲਿਆ ਹੈ ਵੀ ਸਾਡੀਆਂ ਆਰਥਿਕ ਨੀਤੀਆਂ ਖਿਲਾਫ ਸਾਰੀਆਂ ਹੀ ਖਿਲਾਫ ਹੈ ਅਕ ਤਿੰਨ ਕਾਨੂੰਨ ਖਿਲਾਫ ਤੁਹਾਨੂੰ ਪਤਾ ਲੱਗਿਆ ਪਰਸੋਂ 132 ਸਾਲ ਤੋਂ ਜਿਹੜੇ ਆਰਮੀ ਦੇ ਮਿਲਟਰੀ ਦੇ ਖੇਤੀਬਾੜੀ ਦੇ ਫਾਰਮ ਸੀ ਉਹ ਸਾਰੇ ਹੀ ਵੇਚਤੇ 132 ਸਾਲ ਤੋਂ ਖੇਤੀਬਾੜੀ ਦੇ ਫਾਰਮ ਉਹ ਵੀ ਚੱਕਤੇ ਉਥੇ ਲਖਨਊ ਵਿੱਚ ਜਿਹੜਾ ਹਵਾਈ ਅੱਡਾ ਚੌਧਰੀ ਚਰਨ ਸਿੰਘ ਹਵਾਈ ਅੱਡਾ ਉਹਦਾ ਨਾਂ ਰੱਖਤਾ ਹੈ ਅਡਾਨੀ ਹਵਾਈ ਅੱਡਾ ਮੈਨੂੰ ਤਾਂ ਡਰ ਲੱਗਦਾ ਕਿ ਤੇ ਚੌਧਰੀ ਚਰਨ ਸਿੰਘ ਦਾ ਬੁੱਤ ਨਾ ਚਾਕੇ ਪਾਸੇ ਰੱਖ ਦੇਣ ਇਸ ਲਈ ਅਡਾਨੀ ਅਬਾਨੀ ਇਹਨਾਂ ਦੀ ਜਿਹੜੇ ਕਦੇ ਕਾਰੋਬਾਰੀਆਂ ਲਈ ਮੈਂ ਧਰਮਨਾ ਕਹਿੰਨਾ ਹੈ ਕਦੇ ਲੜਕੇ ਲੜਕੀ ਦੀ ਸ਼ਾਦੀ ਹੋਵੇ ਨਾ ਜਿਹੜੇ ਕਿਰਾਏ ਤੇ ਮਨਪ੍ਰਚਾਵਾ ਕਰਨ ਆਉਂਦੇ ਆ ਉਹ ਨੱਚੇ ਨੁੱਚੇ ਮੇਲੇ ਵੀ ਉਹਨਾਂ ਨਹੀਂ ਨੱਚ ਰਹੇ ਅਡਾਨੀਆਂ ਬਾਨੀਆਂ ਵਾਲੀ ਜਿੰਨਾ ਭਾਜਪੀ ਨੱਚ ਰਹੀ ਹੈ ਇਹ ਗੱਲਾਂ ਗਲਤ ਹੈ ਦੇਸ਼ ਬਚਾਓ ਦੇਸ਼ ਦੀਆਂ ਪਰੰਪਰਾਵਾਂ ਬਚਾਓ ਇਹ Hindu Sikh Muslim Nasai Bodhi Jaini Parsi Tareet Injil Zabur Karan ਇਹ ਕਿਤਾਬਾਂ ਦੁਨੀਆਂ ਭਰ ਚ ਹੈ ਤੇ ਫਿਰ ਸਿੱਖਾਂ ਨਾਲ ਕਿਉਂ ਲੜੀ ਜਾਂਦੇ ਆ ਗੁਰੂ ਗੋਬਿੰਦ ਸਿੰਘ ਨੇ ਤਾਂ ਸਾਫ਼ ਕਿਹਾ ਸੀਗਾ ਔਰੰਗਜ਼ੇਬ ਨੂੰ ਕਿ ਤੂੰ ਕਹਿਣਾ ਹੈ ਔਰ ਸ਼ੁੱਕਰਵਾਰ ਦਾ ਦਿਨ ਸੀ ਤੂੰ ਕਹਿਣਾ ਹੈ ਬੋਦੀ ਨਹੀਂ ਰੱਖਣੀ ਤੂੰ ਕਹਿੰਦਾ ਮੈਂ ਇਸ ਮੰਦਰ ਚ ਟੱਲੀ ਨਹੀਂ ਵਜਣ ਦੇਣੀ ਤੂੰ ਕਹਿੰਦਾ ਖੱਦਰ ਪਾਉਣਾ ਪਊ ਜਿਹੜਾ ਰੇਸ਼ਮ ਪਾਉ ਸਿਰ ਵੱਢ ਦੂੰ ਤੂੰ ਕਹਿੰਦਾ ਖੋਤੇ ਤੇ ਕਹਿਣਗੇ ਹਿੰਦੂ ਮੈਂ ਚੜ ਨਹੀਂ ਦੇਣੇ ਤੇ ਦਸਵੇਂ ਪਾਤਸ਼ਾਹ ਨੇ ਕੀ ਕਿਹਾ ਤੂੰ ਕਹਿੰਦਾ ਖੋਤੇ ਤੇ ਚੜ ਗਿਆ ਲੈ ਫਿਰ ਮੈਂ ਨੀਲੇ ਘੋੜੇ ਤੇ ਕੜੂ ਹਿੰਦੂਆਂ ਵੱਲੀਓ ਤੂੰ ਰੋਕ ਕੇ ਦਿਖਾਈ ਤੂੰ ਕਹਿੰਦਾ ਖੱਦਰ ਪਾਉਣਾ ਪਊ ਮੈਂ ਰੇਸ਼ਮ ਪਾਉਂਗਾ ਤੂੰ ਕਹਿੰਦਾ ਸੋਨਾ ਨਹੀਂ ਪਾਣਾ ਮੈਂ ਰੇਸ਼ਮ ਦਾ ਦਸਤਾਰਾ ਸ ਜਾ ਕੇ ਵਿੱਚ 31 ਤੋਲੇ ਦਾ ਸੋਨੇ ਦਾ ਚੱਕਰ ਪਾਉਂਗਾ ਮਹਾਰਾਜ ਨੇ ਕਿਹਾ ਤੇ ਤੂੰ ਕਹਿੰਦਾ ਟੱਲੀ ਨਹੀਂ ਖੜਕਣ ਦੇਣੀ ਮੰਦਰਾਂ ਚ ਮੈਂ ਰਣਜੀਤ ਨਗਾਰਾ ਖੜਕਾਂ ਉਹ ਜਿਹੜਾ 31 ਜਿਹੜਾ 21 21 ਕੋਈ ਚ ਸੁਣੂਗਾ ਤੇ ਤੂੰ ਕਹਿੰਦਾ ਬੋਦੀ ਕੱਟ ਦੇਣੀ ਚੋਟੀ ਮੈਂ ਸਿੱਖਾਂ ਨੂੰ ਹੁਕਮ ਦਿੰਦਾ ਇੱਕ ਖਾਲਸਾ ਪੰਥ ਸਾਜੂ ਜਿਹਦਾ ਦਾੜਾ ਕੇਸ ਹੋਊਗਾ ਸਾਰੇ ਕੇਸ ਹੀ ਰੱਖਣਗੇ ਇਹ ਮੇਰੇ ਵਾਲ ਹੈ ਇਹਦੀ ਮਰਦਾ ਕਿਸੇ ਨੂੰ ਬਣਾਉਣ ਦੇਣੀ ਨਹੀਂ ਪਰ ਅਜੇ ਬਣਾਉਣੀ ਪੈ ਜੇ ਤਾਂ ਇਹਦੀ 2 1500 ਚੋਟੀ ਬਣ ਜੂ ਕਿਉਂ ਤੁਸੀਂ ਕਿ ਅੱਗ ਪਾਈ ਜਾਂਨੇ ਯਾਰ ਜਿੱਥੇ ਕਿ ਅਮਾਜ਼ਵੀ ਸਿੱਖਾਂ ਨੂੰ ਇਹਨਾਂ ਦੀ ਰਿਜ਼ਰਵੇਸ਼ਨ ਖਤਮ ਹੋ ਜਾਣੀ ਜੇ ਤੁਸੀਂ ਆ ਕਾਰੋਬਾਰੀ ਆਗੇ ਤੁਹਾਨੂੰ ਪਤਾ ਹੈ ਮੈਂ ਮਿਨਿਸਟਰ ਨਿਆਂ ਰਿਜ਼ਰਵੇਸ਼ਨ ਦਾ 25 15% ਦੀ ਰਿਜ਼ਰਵੇਸ਼ਨ ਹੈ ਅਮਾਜ਼ਵੀ ਸਿੱਖਾਂ ਔਰ ਰਵਦਾਸੀਆਂ ਦੀ ਤੇ 7.5% ਦੀ ਰਿਜ਼ਰਵੇਸ਼ਨ ਹੈ ਇਹਨਾਂ ਦੀ ਟ్రਾਈਬਸ ਦੀ ਤੇ ਜੇ ਇਹ ਜੀ ਆ ਅੱਗੇ ਨਾ ਪਪਾਰੀ ਇਹ ਤਾਂ ਸਾਡੇ ਬਾਜੀਪਸਰਤ ਗਈ ਤੇ ਬਾਕੀ ਜਿਹੜੀਆਂ ਸਿੱਖਾਂ ਚੋਂ ਦੂਜੀਆਂ ਚੋਂ ਪਛੜੀਆਂ ਛਰੇਣੀਆਂ ਜਿਨਾਂ ਕਹਿੰਦੇ BC ਅਦਰ OBC ਇਹਨਾਂ ਦੇ ਐ ਇਹਨਾਂ ਦੀ ਐ 27% ਦੀ ਰੈਜ਼ਰਵੇਸ਼ਨ ਤੇ ਇਹ ਸਾਰੀ ਜਾਊ ਇਹ 50% ਦੀ ਰੈਜ਼ਰਵੇਸ਼ਨ ਗਈ ਅੰਬੇਦਕਰ ਦੇ ਸਿਧਾਂਤ ਵੀ ਵਿਚਾਰੇ ਦੇ ਗਏ ਇਹ ਤਾਂ ਨਵੀਂ ਸਫਬੰਦੀ ਨਾ ਪੈਦਾ ਕਰੋ ਲੋਕਾਂ ਨੂੰ ਚੱਲਣ ਦਿਓ ਤੇ ਆ ਜਿਹੜਾ ਪੰਜਾਬ ਸਰ ਲਾਉਨੇ ਆ ਇਹ ਮਹਾਪਾਪ ਹੈ ਕਿਸੇ ਪੰਜਾਬ ਦੇ ਬੰਦੇ ਨੇ ਯਾਰ ਮੇਰੇ ਨਾਲ ਤਕੜ ਮੈਂ ਬਿਹਾਰ ਦੇ ਲੋਕ ਕਹਿੰਨੇ ਆ ਕਿ ਬਿਹਾਰ ਚ ਮੈਂ ਮਾਤਾ ਗੁਜਰੀ ਮੈਡੀਕਲ ਯੂਨੀਵਰਸਿਟੀ ਦਾ ਚਾਂਸਲਰ ਆ ਕਿਸ਼ਨਗੰਜ ਮੇਰਾ ਹੈੱਡਕੁਆਟਰ ਹੈ ਮੈਂ ਅਰਰਿਆ ਮਧੂਬਨੀ ਪਟਨਾ ਸਾਰੇ ਪਥਾਈ ਜਾ ਕੇ ਹੁਣ ਸਾਨੂੰ ਤੱਕ ਇਹਦੇ ਕਿਸੇ ਨੇ ਕਿਹਾ ਨਹੀਂ ਕੋਈ ਸ਼ਿਕਾਇਤ ਨਹੀਂ ਸੋ ਇਹਨਾਂ ਗੱਲਾਂ ਦਾ ਮੈਂ ਕਹਿੰਦਾ ਕਿ ਪੰਜਾਬ ਦੀ ਸ਼ਾਂਤੀ ਮਜ਼ਬੂਤ ਕਰਨ ਲਈ ਯਤਨ ਕਰੋ ਭੰਬੜ ਬਾਦਲ ਲਈ ਨਾ ਕਰੋ ਸਰ ਪਿਛਲੇ ਦਿਨੀ ਬੀਜਪੀ ਅਗਰ ਤੇ ਲੋਟ ਦਿਨ ਝੋਲਾ ਫਿਰ ਉਸ ਨੂੰ ਕਿਸ ਤਰ੍ਹਾਂ देखो मैं उस हमले तक कर दे नखेदी पर ओनु सिक्खा जिम्मे ना लाओ बाकी ਤੇ ਜੇ ਉਹ ਸਿੱਖਾ ਨੇ ਕੀਤਾ ਤੇ ਖੱਟਰ ਨੂੰ ਹਵਾਈ ਜਾ ਚ ਉਤਰਨੀ ਦਿੱਤਾ ਤੇ ਕੱਲ ਜਿਹੜਾ ਉਹ ਹੈਗਾ ਮਨਿਸਟਰ ਦੇਵੀ ਲਾਲ ਦਾ ਪੋਤਰਾ ਦੁਸ਼ਯੰਤ ਚਟਾਲਾ ਦੁਸ਼ਯੰਤ ਚਟਾਲਾ ਸਾਹਿਬ ਉਹਨੂੰ ਜਾਚ ਬਹਿਣ ਨਹੀਂ ਦਿੱਤਾ ਤੇ ਇਹ ਅਸੀਂ ਜੀ ਕੀਤਾ ਫਿਰ ਮਾਫ ਕਰਨਾ ਇੱਥੇ ਲੋਕ ਰੋ ਰਹੇ ਆ ਜੀਂਦ ਦੇ ਏਰੀਏ ਚ ਕਿਸਾਨ ਬੀਬੀਆਂ ਰੇਲ ਦੀ ਲਾਈਨ ਤੇ ਬੈਠੀਆਂ ਸੀ ਮੈਂ ਲੰਘ ਰਿਹਾ ਸੀ ਮੈਂ ਉੱਤਰ ਕੇ ਉਹਨਾਂ ਦੇ ਜਿੱਥੇ ਜੋੜੇ ਲਾਏ ਸੀ ਮੈਂ ਉੱਥੇ ਮੱਥਾ ਟੇਕਤਾ ਸਾਰੇ ਕਹਿੰਦੇ ਇਹ ਕੀ ਕੀਤਾ ਤੂੰ ਤਾਂ ਨਾਲ ਤੇਰੇ ਬਾਡੀਗਾਰਡ ਹੈ ਮੈਂ ਕਿਹਾ ਜੀ ਉਹ ਸਾਡੀਆਂ ਭੈਣਾਂ ਭਤੀਜੀਆਂ ਭੂਆ ਉਹ ਕਹਿੰਦੇ ਬਸ ਉਹ ਰਾਜ ਦੀ ਵਿਧਾਨੇ ਦੇ ਵਿੱਚ ਬੀਜੇਪੀ ਦੇ ਰਸਵਾ ਮੈਂਬਰ ਆਏ ਸੀ। ਸ੍ਰੀ ਮਾਉਸੀ ਨੇ ਕਹਿ ਦਿਆਂ ਉਹ ਉਹ ਸਾਰੇ ਜਣੇ ਕਹਿੰਦੇ ਜੀ ਰੋਣ ਲੱਗੇ ਲੋਕ ਵੀ ਤਾਂ ਪੰਜਾਬ ਦੇ ਕਿਸਾਨ ਤੇ ਸਾਡੀਆਂ ਧੀਆਂ ਭੈਣਾਂ ਦੇ ਤੇ ਮਾਵਾ ਭੈਣਾਂ ਦੇ ਹਾਮੀ ਹੈ। ਇਹ ਐਸਾ ਨਾ ਕਰੋ। ਅੱਜ ਜਿਹੜੇ ਆਏ ਆ ਸ੍ਰੀਮਾਨ ਇਹ ਸਾਰੇ ਜਣੇ ਘਰੇ ਬਹਿ ਕੇ ਰਾਹ ਲਾਓ। ਇੱਕ ਤਾਂ ਜਿਹੜੇ ਨਾ ਲਖਮਣ ਸਾਬਣਾ ਸੱਜੀਆਂ ਨਾਲ ਧੋ ਲੋ। ਲੈਂਦੇ ਨਹੀਂ ਬਰਾਈ ਦੇ ਦਾਗ ਲੋਕੋ ਸਮਝ ਗਏ ਇੱਕ ਇਹ ਇੱਕ ਤਾਂ ਇਹ ਆ ਇਹ ਦਾਗ ਨਹੀਂ ਲੈਂਦੇ ਤੇ ਦੂਜੀ ਗੱਲ ਇਹ ਹੈ ਪੁਰਾਣੇ ਜ਼ਮਾਨੇ 'ਚ ਸਾਡੇ ਹਿੰਦੂ ਸਮਾਜ ਵਿੱਚ ਕਿਹਾ ਗਿਆ ਸੀ ਕਿ ਕਾਲ ਪੈਂਦੇ ਸੀ 12 ਮਾਲ ਸਾਲ ਉਦੋਂ ਕਾਲ ਨਿਕਲ ਜਾਂਦੇ ਸੀ ਤੇ ਜਿਹੜਾ ਉਹਦੇ ਚੋਰੀਆਂ ਕਰਦਾ ਸੀ ਉਹਨਾਂ ਦੇ ਟੱਬਰ ਤੇ ਲੱਗੇ ਕਲੰਕ ਨਹੀਂ ਸੀ ਨਿਕਲਦੇ ਤੇ ਮੈਂ ਤੁਹਾਨੂੰ ਬੀਜੇਪੀ ਵਾਲਿਆਂ ਬੇਨਤੀ ਕਰਦਾ ਕਾਲ ਨਿਕਲ ਜਾਣਗੇ ਆ ਅਕਾਲੀਆਂ ਜੁम्मे ਸ਼ਰੋਮਣੀ ਕਮੇਟੀ ਖਾਣੀ ਤੇ ਪੈਸੇ ਖਾਣੇ ਹੁਣ ਇੱਕ ਮੈਂ ਗੁਰਦੁਆਰਾ ਪਕੜਿਆ ਉਹਦੇ ਕੋਲ 16 ਕਿ ਏਕੜ ਜ਼ਮੀਨ ਹੈ ਗੁਰਦੁਆਰੇ ਦੀ ਗੁਰੂ ਪੰਜਵੇਂ ਪਾਤਸ਼ਾਹ ਦੀ ਉਹਦੇ 6 ਏਕੜ ਤੇ ਇਹਨਾਂ ਨੇ ਮਾਲ ਬਣਾਤਾ ਤੇ ਜ਼ਮੀਨ ਦਾ ਭਾਅ ਹੈ 60 ਕਰੋੜ ਕਿੱਲੇ ਦਾ ਤੇ ਮਾਫ ਕਰਨਾ ਇਹ ਕਲੰਕ ਨਹੀਂ ਲੈਣੇ ਕਾਲ ਨਿਕਲ ਜਾਣਗੇ ਇਸ ਲਈ ਪੰਜਾਬ ਐਵੇਂ ਬਸੂਗਾ ਕਲੰਕ ਨਾਲੋਂ ਜਰ ਜਿਵੇਂ ਪੰਜਾਬ ਦੇ ਲੋਕ ਬੀਜੇਪੀ ਤੋਂ ਨਿਰਾਸ਼ ਆ ਤੇ বিজেਪੀ ਦੇ ਆਗੂਆਂ ਵੱਲੋਂ ਫਿਰ ਵੀ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਕੀ ਲੱਗ ਨਹੀਂ ਰਿਹਾ ਪੰਜਾਬ ਦੇ ਮੌਲ ਨੂੰ ਖਰਾਬ ਕਰ ਰਹੇ ਉਹ ਕਈ ਵਾਰੀ ਆ ਨਿੱਕੇ ਨਿੱਕੇ ਬਾਧਰੀਆਂ ਜੇ ਲੈ ਕੇ ਨਾ ਖੇਡਾ ਪਾਉਂਦੇ ਹੁੰਦੇ ਆ ਤੂੰ ਹਟਦੇ ਨਹੀਂ ਭਾਵੇਂ ਚਾਰ ਪੈਸੇ ਹੋਣ ਜਾਂ ਨਾ ਹੁਣ ਬੀਜੇਪੀ ਦਾ ਇਹ ਹਾਲ ਆ ਪੰਜਾਬ ਕੀ ਸਰ ਅਸਾਮ ਦੇ ਵਿੱਚ ਬੀਜੇਪੀ ਦੇ ਆਗੂਆਂ ਦੀ ਗੱਡੀ ਦੇ ਵਿੱਚ ਚੋਈ ਵੀ ਬਰਾਮਦ ਹੋਈ ਹੈ ਇਹ ਵੀ ਹਮਨੂੰ ਲੈ ਕੇ ਆ ਕੇ ਵੀ ਕਈ ਵਾਰ ਸਵਾਲ ਉੱਠਦੇ ਰਹੇ ਕਿਉਂਕਿ ਮੈਂ ਅਸਾਮ ਦਾ ਪ੍ਰਬੰਧਕ ਨਹੀਂ ਆ ਖ਼ਬਰੀ ਪੜੀ ਹੈ ਜੇ ਮੈਂ ਅਰਦਾਸ ਕਰਦਾ ਮਹਾਰਾਜ ਇਹ ਬੀਜੇਪੀ ਦੇ ਲੀਡਰ ਦੀ ਗੱਡੀ ਜੋ ਨਾ ਨਿਕਲਿਆ ਹੋਵੇ ਤੇ ਜੇ ਨਿਕਲਿਆ ਤੇ ਫਿਰ ਰੱਬ ਜਾਣੀ ਮਾੜੀ ਮਾੜੀ ਗੱਲ ਹੈ ਲੁਧਿਆਣਾ ਤੋਂ ਰੁਪੇਸ਼ ਕੁਮਾਰ ਦੀ ਰਿਪੋਰਟ ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ अजीत ਪਬ ਟੀਵੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ अजीत ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫਾਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਪੀਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ